ਹੈਪੀ ਇਦੋਂ ਛੋਟਾ ਹੈ ਨਹੀਂ ਤੇ ਕੁਝ ਵੀ ਲਿਆਉਣ ਵਾਸਤੇ ਨਾ ਬਈ ਉੱਥੇ ਪਿੰਜਰ ਦਾ ਆਪਣਾ ਗੋਹਾ ਪਾਇਆ ਪਿਆ ਜੀ ਘਰੇ ਕਿਵੇਂ ਪਿੰਜਰ ਦਾ ਗੋਹਾ ਪਾਇਆ ਪਿਆ ਜੀ ਅੱਛਾ ਉੱਥੇ ਖੜਿਆ ਸੀ ਆਪਣੇ ਬਾਗਲ ਚ ਠੀਕ ਆ ਮੈਂ ਕਿਹਾ ਮੈਂ ਜਿਹੜੇ ਲਾਵਾਂਗੇ ਕਿਸਤਾ ਵੀ ਇੱਕ ਵਾਰ ਚ ਨਿਬੜ ਜੇ ਹਾਂ ਆਪਣਾ ਸੁਪਰ ਸੀਟ ਨਿਗਰਾ ਕੋਸਤਾ ਪੱਲਾ ਦਾ ਮਸ਼ੀਨ ਤੇ ਚਾਰ ਚਾਰ ਫੈਲੇ ਪਏ ਪਏ ਧਰ ਲੈਂਦੇ ਤੇ ਠੀਕ ਆ ਠੀਕ ਆ ਉਹ ਉੱਥੇ ਖੜਾ ਜੀ ਬਾਗਲ ਚ ਇਹਦੇ ਇਹ ਧਰ ਲਿਆ ਮੈਂ ਇੱਥੇ ਤਾਂ ਹੋਰ ਵੀ ਟਿਕ ਜਾਂਦੇ 20 ਪੀ ਕਿੰਨੇ ਧਰ ਲਿਆ ਹੁਣ 15 ਇਹ 15 ਨੇ ਹਾਂ ਠੀਕ ਆ ਠੀਕ ਆ ਹੈਪੀ ਕਿਹੜੀ ਦਵਾਈ ਲਾ ਰਹੇ ਹੋਏ ਕਣਕ ਨੂੰ ਇਹ ਗਾਚੋ ਲਾ ਰਹੇ ਹਾਂ ਬਾਈ ਅੱਛਾ ਇਹ ਕੀ ਕਰਦੀ ਹੈ ਕੰਮ ਇਹ ਫਟਾਰਾ ਵਧੀਆ ਕਰਾਉਂਦੀ ਹੈ ਅੱਛਾ ਹਰ ਸੁੰਡ ਛੰਡ ਨਹੀਂ ਪੈਂਦਾ ਇਹਦੇ ਨਾਲ ਵਧੀਆ ਕਰਦੀ ਹੈ ਇਹ ਕੰਮ ਠੀਕ ਆ ਠੀਕ ਆ ਪਹਿਲਾਂ ਵੀ ਵਰਤੀ ਆ ਖਰ ਪਿਛਲੇ ਸਾਲ ਹਾਂ ਆਪਾਂ ਨੇ ਪਰ ਲਾਈ ਸੀ ਦਵਾਈ ਦੇ ਹਾਂ ਜਿਵੇਂ ਉਦੋਂ ਕਈ ਘਰਾਂ ਦੇ ਸੁੰਡ ਵਗੈਰਾ ਦੀ ਸ਼ਿਕਾਇਤ ਆ ਗਈ ਸੀ ਵੀ ਆਪਣੇ ਠੀਕ ਰਿਹਾ ਆਪਣੇ ਦਾ ਓਕੇ ਰਿਹਾ ਕੰਮ ਕੋਈ ਛੁੱਟ ਨਹੀਂ ਪਿਆ ਹਾਂ ਨਾਲੇ ਇਸ ਵਾਰੀ ਤਾਂ ਆਪਾਂ ਖਰਚੇ ਮਚਾਤੇ ਪਹਿਲਾਂ ਤਾਂ ਆਪਾਂ ਕਦੇ ਮਚਾਏ ਨਹੀਂ ਤੇ ਹਾਂ ਜੀ ਦਾ ਆਪਣੇ ਜਰ ਖਰਚੇ ਮੱਚ ਗਏ ਚਲੋ ਚਲੋ ਫਿਰ ਇਸ ਵਾਰੀ ਇਹ ਮੱਚਣਗੇ ਕਿਉਂਕਿ ਅਗਲੀ ਵਾਰ ਤਾਂ ਵੋਟਾਂ ਮੁੱਕਾ ਪੈ ਜਾਣਗੀਆਂ ਸਰਕਾਰ ਸਖਤੀ ਕਰੂਗੀ ਸਖਤੀ ਕਰ ਕੁਛ ਮਰਜ਼ੀ ਕਰੀ ਜਾਵੇ ਬਾਈ ਕਿੰਨੀ ਕੰਟਰੋਲ ਕਰ ਲੇ ਛੰਦ ਹੋਰ ਵਧੀਆ ਆ ਜੂ ਤੋਂ ਵਧੀਆ ਸਹੀ ਗੱਲ ਆ ਸਹੀ ਗੱਲ ਇਹਨੇ ਸੋਧ ਕਰਤੀ ਤੂੰ ਹੋ ਸੋਧ ਆ ਜੂਗਾ ਹਾਂ ਲਾ ਦੋ ਫਿਰ ਕਣਕ ਪਿਛਾ ਕੇ ਹੁਣ ਹਣਾ ਹਾਂ ਹੁਣ ਮੈਂ ਲਿਆ ਲਾਉਂਗਾ ਚੱਲ ਬੀਏਪੀ ਦੇ ਆਪਣੇ ਕੋਲ 30 ਬੋਰੀਆਂ ਰਹਿ ਗਈਆਂ ਹੁਣ ਹੈ 30 ਰਹਿ ਗਈਆਂ ਹੈ ਹਾਂ ਕਿੱਲੇ ਫਿਰ ਅਜੇ 40 ਪਏ ਨੇ ਆਪਣੇ ਕੋਲ ਘਟਣਗੇ ਜਾਣੀ 10 ਬੋਰੀਆਂ ਅੱਛਾ ਫਿਰ ਕਟਾ ਕੇ ਪਾ ਦਨੇ ਕਿ ਪੂਰੀ ਪਾਵਾਂਗੇ ਬੋਰੀਆਂ ਨਹੀਂ ਕੋਈ ਗੱਲ ਨਹੀਂ ਡੀਏਪੀ ਵਾਧੂ ਚੱਕ ਲਿਆ ਮੈਂ ਹੈ ਚੱਕ ਲਿਆ ਮੈਂ ਕੋਈ ਗੱਲ ਨਹੀਂ ਠੀਕ ਹੈ ਇਹਨੂੰ ਨਾ ਹਲਿਆਓ ਹੁਣ ਤੁਸੀਂ ਨਹੀਂ ਤਾਂ ਕਾਨੂੰਨ ਲੈਣੇ ਬਤਾ ਪੂਰੀ ਪੈਣ ਦੇ ਹਾਂ ਹਾਂ ਪੂਰਾ ਪੈਣ ਦੇ
ਲੈ ਕੱਟ ਕੇ ਲੀਰ ਹੈ ਤੇ ਲੀਰ ਕਿੱਥੇ ਐਂ ਦਾ ਕੱਟਾ ਹੋਣਾ ਲਾਰੇ ਜੀ ਲਿਆ ਲੀਰ ਕੱਟ ਕੇ ਅਸੀਂ ਦਿੱਤੀ ਭਈਆ ਲੈ ਅਸੀਂ ਪੈਨੇ ਜੀ पता क्या रहे जी बहुत लंबे हो जाते हैं पांच किलों की वाही हो गए ना बट्टा विचकार दी कोई ਆਹ ਇਹ ਕਿਹੜਾ ਕੰਮ ਹੈ ਇਹ ਕਿਹੜਾ ਕੰਮ ਹੈ